ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਪਤਾਨ ਸਿੰਘ ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਆਪਣੇ ਪੰਜਾਬ ਦੇ ਆੜ੍ਹਤੀਆ ਐਸੋਸੀਏਸ਼ਨ ਜਿਹੜੇ ਨੇ ਉਹਨਾਂ ਭਰਾਵਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਅਤੇ ਅਪੀਲ ਰੱਖਣੀ ਚਾਹੁੰਦਾ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਕਿਸਾਨਾਂ ਦਾ 2 ਮਹੀਨੇ ਤੋਂ ਵੱਧ ਦਾ ਸੰਘਰਸ਼ ਜਿਹੜਾ ਚੱਲਦਾ ਪਿਆ ਹੈ। ਅੱਜ 6ਵਾਂ 7ਵਾਂ ਦਿਨ ਹੈ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਮੋਰਚੇ ਲਾਇਆ ਹੋਇਆ, ਔਰ ਕੇਂਦਰ ਦੀ ਸਰਕਾਰ ਜਿਹੜੀ ਕਹਿ ਰਹੀ ਹੈ ਕਿਸਾਨਾਂ ਨੂੰ ਵੀ ਇਹ ਕਿਸਾਨਾਂ ਦਾ ਮੋਰਚਾ ਨਹੀਂ, ਇਹ ਵਿਚੋਲਿਆਂ ਦਾ ਅਤੇ ਦਲਾਲਾਂ ਦਾ ਮੋਰਚਾ ਹੈ। ਕਿਉਂਕਿ ਕਿਸਾਨ ਫਸਲ ਬੀਜਦਾ ਹੈ ਅਤੇ ਮੰਡੀ 'ਚ ਲੈ ਕੇ ਜਾਂਦਾ ਹੈ ਅਤੇ ਮੰਡੀ 'ਚ ਉਹਦੀ ਵਿਕਰੀ ਹੋ ਕੇ ਅਤੇ ਉਹ ਸਰਕਾਰ ਤੱਕ ਪਹੁੰਚਦੀ, ਭਾਵ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਜੇ ਕੋਈ ਹੈ ਤਾਂ ਉਹ ਆੜ੍ਹਤੀਏ ਹਨ। ਪਰ ਅੱਜ ਕੇਂਦਰ ਦੀ ਸਰਕਾਰ ਇਹਨਾਂ ਆੜ੍ਹਤੀਆਂ ਵਾਸਤੇ ਇੱਦਾਂ ਦੇ ਲਫ਼ਜ਼ ਵਰਤ ਰਹੀ ਹੈ, ਔਰ ਜਿੱਥੇ ਕਿਸਾਨ ਦੀ ਬਰਬਾਦੀ ਹੋਣੀ ਹੈ ਉੱਥੇ ਵੱਡੇ ਪੱਧਰ 'ਤੇ ਆੜ੍ਹਤੀਆ ਸਿਸਟਮ ਵੀ ਖਤਮ ਹੋ ਜਾਏਗਾ ਜਦੋਂ ਮੰਡੀਆਂ ਹੀ ਖਤਮ ਹੋ ਗਈਆਂ ਅਤੇ ਆੜ੍ਹਤ ਕਾਹਦੇ 'ਤੇ ਰਹੇਗੀ। ਇਸ ਕਰਕੇ ਦਾਸ ਇਹਨਾਂ ਆੜ੍ਹਤੀਏ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ। ਆਪਾਂ ਜਦੋਂ ਵੇਖਦੇ ਹਾਂ ਹਰ 10 ਕਿਲੋਮੀਟਰ ਜਾਂ 15 ਕਿਲੋਮੀਟਰ 'ਤੇ ਮੰਡੀਆਂ ਬਣੀਆਂ ਨੇ, ਹਰ ਮੰਡੀ ਦੇ ਵਿੱਚ 10-15-20 ਆੜ੍ਹਤੀਏ ਤੋਂ ਵੱਧ ਵੀ ਆੜ੍ਹਤਾਂ ਜਿਹੜੀਆਂ ਹੈਗੀਆਂ ਨੇ, ਜਿੱਥੇ ਕਿਸਾਨ ਸਰੀਰਕ ਤੌਰ 'ਤੇ ਆਪਣਾ ਸੰਘਰਸ਼ ਕਰ ਰਹੇ ਨੇ, ਉੱਥੇ ਆੜ੍ਹਤੀਆ ਐਸੋਸੀਏਸ਼ਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਆ ਕਿ ਭਾਈ ਜੇ ਤੁਸੀਂ ਫਿਜ਼ੀਕਲ ਤੌਰ ਦੇ ਉੱਪਰ, ਸਰੀਰਕ ਤੌਰ ਦੇ ਉੱਪਰ ਯੋਗਦਾਨ ਨਾਲ ਸੰਘਰਸ਼ ਦੇ ਵਿੱਚ ਮੋਰਚੇ 'ਚ ਨਹੀਂ ਪਾ ਸਕਦੇ ਤਾਂ ਤੁਸੀਂ ਮਾਇਕ ਤੌਰ 'ਤੇ ਜ਼ਰੂਰ ਪਾਓ। ਹਰ ਇੱਕ ਆੜ੍ਹਤੀਆ ਜੇ 10-10 ਹਜ਼ਾਰ ਰੁਪਈਆ ਵੀ ਦੇਵੇ ਤਾਂ ਲੱਖਾਂ ਨਹੀਂ ਕਰੋੜਾਂ ਰੁਪਈਏ ਸਾਰੇ ਪੰਜਾਬ 'ਚੋਂ ਇਕੱਠੇ ਹੋ ਜਾਣਗੇ। 31 ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਅਤੇ ਉਹ ਪੈਸੇ ਵੰਡ ਕੇ 31 ਜਥੇਬੰਦੀਆਂ ਨੂੰ ਦਿੱਤੇ ਜਾਣ। ਅੱਜ ਕੱਲ੍ਹ ਸੋਸ਼ਲ ਨੈੱਟਵਰਕ ਦਾ ਜ਼ਮਾਨਾ ਹੈ, ਹਰ ਇੱਕ ਦੁਨੀਆ ਦਾ ਬੰਦਾ ਆਪਸ ਵਿੱਚ ਲਿੰਕ ਦੇ ਵਿੱਚ ਹੈ। ਇਸ ਕਰਕੇ ਆੜ੍ਹਤੀ ਐਸੋਸੀਏਸ਼ਨਾਂ ਸਾਰੇ ਪੰਜਾਬ ਦੀਆਂ ਇਕੱਠੀਆਂ ਹੋ ਕੇ ਅਤੇ ਆਪੋ ਆਪਣੀਆਂ ਆੜ੍ਹਤਾਂ ਜਿਹੜੀਆਂ ਨੇ, ਜਿਹੜੀ ਆਪੋ ਆਪਣੀ ਉਹਨਾਂ ਦੀ ਐਸੋਸੀਏਸ਼ਨ ਆ, ਸਾਰੇ ਆੜ੍ਹਤੀ ਹੈ ਜਿਹੜੇ 10-10 ਹਜ਼ਾਰ ਰੁਪਈਆ ਪਾਓ। ਤੁਸੀਂ ਸਮਝ ਲਓ ਵੀ ਜੇ ਇੱਕ ਕਿਸਾਨ ਤੁਹਾਡੇ ਕੋਲ ਵਿਆਜ 'ਤੇ ਪੈਸੇ ਲੈ ਕੇ ਗਿਆ, 3 ਰੁਪਈਏ ਲਗਭਗ ਅੱਜ ਕੱਲ੍ਹ ਵਿਆਜ ਲੱਗਦਾ 3% ਨਾਲ, ਅਤੇ ਜੇ ਕਿਸੇ ਕਿਸਾਨ ਨੇ ਤੁਹਾਡੇ ਕੋਲ ਪੈਸੇ ਲਏ ਤਾਂ ਸਮਝ ਲਓ ਤੁਹਾਡਾ 3 ਜਾਂ 4 ਮਹੀਨੇ ਦਾ ਸਿਰਫ ਵਿਆਜ ਆ ਇਹ। ਕਿਰਪਾ ਕਰਕੇ ਕਿਸਾਨ ਜਥੇਬੰਦੀਆਂ ਦੀ ਮਾਇਕ ਤੌਰ 'ਤੇ ਜਿਹੜੀ ਆ ਉਹ ਸਹਾਇਤਾ ਕਰੋ, ਸਾਰੀਆਂ ਐਸੋਸੀਏਸ਼ਨਾਂ ਆਪਸ ਵਿੱਚ ਸਲਾਹ ਕਰਨ। ਇਹ ਦਾਸ ਦੀ ਆੜ੍ਹਤੀਏ ਭਰਾਵਾਂ ਜਾਂ ਆੜ੍ਹਤੀਏ ਐਸੋਸੀਏਸ਼ਨਾਂ ਦੇ ਚਰਨਾਂ 'ਚ ਬੇਨਤੀ ਹੈ, ਇਹਨੂੰ ਜ਼ਰੂਰ ਪ੍ਰਵਾਨ ਕਰਿਓ, ਕਿਉਂਕਿ ਪੰਜਾਬ ਦੀ ਜ਼ਮੀਨ ਦੀ ਨਹੀਂ ਜ਼ਮੀਰ ਦੀ ਲੜਾਈ ਜਿਹੜੀ ਚੱਲ ਰਹੀ ਹੈ। ਜੇ ਕਿਸਾਨ ਬਰਬਾਦ ਹੁੰਦਾ ਤੇ ਆੜ੍ਹਤੀਆ ਵੀ ਨਾਲ ਬਰਬਾਦ ਹੋਏਗਾ, ਇਹ ਸਾਰਾ ਸਿਸਟਮ ਹੀ ਖਤਮ ਹੋ ਜਾਏਗਾ। ਇਸ ਕਰਕੇ ਸੰਘਰਸ਼ ਲੰਮਾ ਚੱਲਣਾ ਹੈ। 31 ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨਾਂ ਦੇ ਜਥੇਬੰਦੀਆਂ ਇਸ ਸੰਘਰਸ਼ ਵਿੱਚ ਜੂਝ ਰਹੀਆਂ ਨੇ ਤੇ ਨਿਮਰਤਾ ਸਹਿਤ ਸਾਰੇ ਆੜ੍ਹਤੀ ਭਰਾਵਾਂ ਨੂੰ ਤੇ ਆੜ੍ਹਤੀ ਐਸੋਸੀਏਸ਼ਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਇਕ ਤੌਰ 'ਤੇ ਜ਼ਰੂਰ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ। ਇਹ ਜਿਹੜੀ ਸਾਡੀ ਬੇਨਤੀ ਹੈ ਇਹਨੂੰ ਪ੍ਰਵਾਨ ਕਰਿਓ ਤਾਂ ਕਿ ਪੰਜਾਬ ਦਾ ਕਿਸਾਨ ਅਤੇ ਆੜ੍ਹਤੀਆ ਹਮੇਸ਼ਾ ਖੁਸ਼ਹਾਲ ਰਹੇ। ਕਿਸਾਨ ਦਾ ਅਤੇ ਆੜ੍ਹਤੀ ਦਾ ਆਪਸੀ ਜਿਹੜਾ ਨਾਤਾ, ਜਿਹੜਾ ਰਿਸ਼ਤਾ, ਜਿਹੜਾ ਸੰਬੰਧ ਆ ਉਹ ਇਸੇ ਤਰ੍ਹਾਂ ਹੀ ਬਣਿਆ ਰਹੇ। ਭੁੱਲ ਚੁੱਕ ਦੀ ਖਿਮਾ, ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਤਾਂ ਕਿ ਪੰਜਾਬ ਦੇ ਸਾਰੇ ਆੜ੍ਹਤੀ ਭੈਣ ਭਰਾ ਜਿਹੜੇ ਸਾਡੇ ਹੈਗੇ ਨੇ ਉਹਨਾਂ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।